ਕੀ 3 ਜੁਲਾਈ ਤੋਂ ਨਹੀਂ ਲੱਗਣਗੇ ਸਕੂਲ ਸਮਰ ਕੈਂਪ ਕੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਆਪ ਸਭ ਨੂੰ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੀ YouTube ਚੈਨਲ ਪੰਜਾਬੀ ਕਲਾਸਟਡੀ ਵਿੱਚ ਹਾਂਜੀ ਸਟੂਡੈਂਟਸ ਇਸ ਵੇਲੇ ਦੀ ਬਹੁਤ ਹੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜਿਸ ਤਨ ਤੁਹਾਨੂੰ ਪਤਾ ਹੀ ਹੋਊਗਾ ਜਿਹੜੇ ਤੁਹਾਡੀਆਂ ਗਰਮੀ ਦੀਆਂ ਛੁੱਟੀਆਂ ਸੀਗੀਆਂ ਉਹ ਸਮਾਪਤ ਹੋਣ ਚੱਲੀਆਂ ਹੈਗੀਆਂ ਤੁਹਾਡੇ ਜਿਹੜੇ ਸਕੂਲ ਲੰਗੇ ਉਹ ਪਿਛਲੇ ਨੋਟਿਸ ਦੇ ਅਕੋਰਡਿੰਗ ਜਿਹੜੇ ਕਿ 3 ਜੁਲਾਈ ਤੋਂ ਲੱਗਣਗੇ ਠੀਕ ਹੈ ਸਟੂਡੈਂਟਸ ਹੁਣੇ-ਹੁਣੇ ਤੁਹਾਨੂੰ ਇੱਕ ਵੱਡੀ ਬਹੁਤ ਵੱਡੀ ਅਪਡੇਟ ਤੁਹਾਨੂੰ ਆਪ ਅੱਗੇ ਵੀਡੀਓ ਵਿੱਚ ਦੱਸਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਰੂਲ ਕਰ ਦੇਣਾ ਕਿਉਂਕਿ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤੇ ਇੱਕ ਐਜੂਕੇਸ਼ਨ ਰਿਲੇਟਡ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਮਿਲਦੀਆਂ ਰਹਿਣਗੀਆਂ ਜਿਹੜੇ ਤੁਹਾਡੇ ਜੁਲਾਈ ਵਿੱਚ ਪੀਪਰ ਹੋਣਿਆਂ ਨੂੰ ਉਹਦੀ ਤਿਆਰੀ ਵੀ ਆਪਾਂ ਤੁਹਾਨੂੰ ਆਪਣੇ ਚੈਨਲ ਤੇ ਕਰਵਾਵਾਂਗੇ ਚਾਹੇ ਇਹਨਾਂ ਨੂੰ ਕਰ ਲੋ ਸਬਸਕ੍ਰਾਈਬ ਹਾਂਜੀ ਸਟੂਡੈਂਟਸ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਸਮਰ ਕੈਂਪ ਕੀ ਹੈਗਾ ਸਮਰ ਕੈਂਪ ਵਿੱਚ ਕਿਹੜੀਆਂ-ਕਿਹੜੀਆਂ ਕਲਾਸਾਂਸ ਆਉਂਦੀਆਂ ਨੇ ਅਤੇ ਜਿਹੜੇ ਤੁਹਾਡੀਆਂ ਸਕੂਲ ਦੀਆਂ ਛੁੱਟੀਆਂ ਨੇ ਉਹ ਵਧਾਈਆਂ ਗਈਆਂ ਨੇਗੀਆਂ ਜਾਂ ਨਹੀਂ ਵਧਾਈਆਂ ਗਈਆਂ ਅਤੇ ਜਿਹੜੇ ਤੁਹਾਡੇ ਬਾਇਓ ਮੰਥਲੀ ਐਗਜ਼ਾਮ ਨੇ ਜਿਹੜੇ ਕਿ ਵਿੱਚ ਕਾਫੀ ਵਿਦਿਆਰਥੀਆਂ ਮੈਨੂੰ ਕਮੈਂਟ ਆ ਰਹੇ ਸੀ ਕਿ ਤਾਂ ਉਹਨਾਂ ਦੇ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਪੂਰੇ ਡਾਊਟ ਕਲੀਅਰ ਕਰ ਦੇਵਾਂਗੇ ਠੀਕ ਹੈ ਸਟੂਡੈਂਟਸ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂਗੇ ਸਮਰ ਕੈਂਪ ਬਾਰੇ ਸਮਰ ਕੈਂਪ ਇੱਕ ਇਸ ਤਰ੍ਹਾਂ ਕੈਂਪ ਹੈਗਾ ਕਿ ਪਸਪੈਰ ਤੋਂ ਪਹਿਲਾਂ ਪੰਜਾਬ ਸਰਕਾਰ ਸਰਕਾਰ ਨੇ ਇਹ ਐਲਾਨ ਕੀਤਾ ਸੀਗਾ ਕਿ ਜਿਹੜਾ ਸਮਰ ਕੈਂਪ ਹੈਗਾ ਉਹ ਪ੍ਰੀ ਪ੍ਰਾਇਮਰੀ ਤੋਂ ਲੈ ਕੇ 8ਵੀਂ ਕਲਾਸ ਦੇ ਵਿਦਿਆਰਥੀਆਂ ਦੇ ਜਿਹੜੇ ਸਮਰ ਕੈਂਪ ਕਰਵਾਏ ਜਾਣਗੇ ਜਿਹੜੇ ਕਿ ਪਹਿਲਾਂ ਕਿਹਾ ਗਿਆ ਸੀ ਕਿ ਜਿਹੜੇ ਛੁੱਟੀਆਂ ਵਿੱਚ ਕਰਵਾਏ ਜਾਣਗੇ ਪਰ ਹੁਣ ਜਿਹੜੇ ਨਵੇਂ ਨੋਟਿਸ ਦੇ ਅਕੋਰਡਿੰਗ ਜਿਹੜਾ ਕਿ ਉਹਨਾਂ ਨੇ ਐਲਾਨ ਕੀਤਾ ਕਿ ਜਿਹੜੇ ਸਮਰ ਕੈਂ ਜਿਹੜੇ ਤੁਹਾਡੇ 3 ਜੁਲਾਈ ਤੋਂ ਸਕੂਲ ਖੁੱਲਣਗੇ ਉਹਦੇ ਹੀ ਤੁਹਾਡੇ ਜਿਹੜੇ ਸਮਰ ਕੈਂਪ ਹੋ ਚੱਲ ਜਾਣਗੇ ਤੇ 16 15 ਤਰੀਕ ਤੱਕ ਉਹ ਜਿਹੜੇ ਸਮਰ ਕੈਂਪ ਚੱਲਣਗੇ ਉਸ ਦੇ ਅਕੋਰਡਿੰਗ ਤੁਹਾਨੂੰ ਦੱਸ ਜੇ ਕਿ ਜਿਹੜੇ ਤੁਹਾਡੇ ਬਾਇਓ ਮੈਥੀ ਐਗਜ਼ਾਮ ਹੋਣੇ ਸੀਗੇ ਜਾਨੀ ਕਿ ਜੁਲਾਈ ਮਹੀਨੇ ਵਿੱਚ ਜਿਹੜੇ ਪੀਪਰ ਹੋਣੇ ਸੀਗੇ ਉਹ ਵੀ ਮੁਲਤਵੀ ਕਰ ਦਿੱਤੇ ਰਾਂਗੇ ਜਿਹੜੇ ਤੁਹਾਡੇ ਜੁਲਾਈ ਵਿੱਚ ਪੀਪਰ ਹੋਣਗੇ ਜਿਹੜੇ ਸੈਮੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਦੇ ਉਹ ਹੋਣਗੇ ਜਿਹੜੇ ਤੁਹਾਡੇ 16 ਤਰੀਕ ਤੋਂ ਬਾਅਦ ਠੀਕ ਹੈ ਸਟੂਡੈਂਟਸ ਇਸ ਦੀ ਇਹੀ ਅਪਡੇਟ ਸੀ ਅੱਜ ਤੁਹਾਨੂੰ ਦੱਸ ਦਈਏ ਕਿ ਜਿਹੜੇ ਤੁਹਾਡੇ ਜਿਹੜੇ ਸਕੂਲ ਲੇਗੇ ਉਹ ਸਕੂਲ ਅੱਗੇ ਅੱਗੇ ਠੀਕ ਹੈ ਜੀ ਤਾਂ ਜਿਹੜੇ 3 ਤਰੀਕ ਤੋਂ ਲੈ ਕੇ ਜਿਹੜੇ ਤੁਹਾਡੀ 15 ਤਰੀਕ ਤੱਕ ਜਿਹੜੇ ਬਾਕੀ ਕਲਾਸਿਸ ਨੇ ਗਿਆ ਨੌਵੀਂ 10ਵੀਂ 11ਵੀਂ 12ਵੀਂ ਉਹਨਾਂ ਦੇ ਸਕੂਲ ਤਾਂ ਲੱਗਣਗੇ ਬਟ ਜਿਹੜੇ ਪ੍ਰਾਇਮਰੀ ਸਕੂਲ ਤੋਂ ਲੈ ਕੇ ਅਤੇ 8ਵੀਂ ਕਲਾਸ ਦੇ ਵਿਦਿਆਰਥੀ ਜਿਹੜੇ ਸਮਰ ਕੈਂਪ ਲੱਗਣਗੇ ਸਮਰ ਕੈਂਪ ਬਾਰੇ ਤੁਹਾਨੂੰ ਇੱਕ ਬਰੀਫ ਵਿੱਚ ਦੱਸ ਦਿੰਨੇ ਆ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਜੁਲਾਈ ਪੇਪਰਾਂ ਵਿੱਚ ਕਿੰਨਾ ਸਿਲੇਬਸ ਆਵੇਗਾ ਤੇ ਕਿਹੜੇ ਕਿਹੜੇ ਕਾਉਂਸਲ ਪੇਪਰ ਆਊਗਾ ਕਿਸ ਤਰ੍ਹਾਂ ਇਹ ਕਾਉਂਸਲ ਪੇਪਰ ਆਊਗਾ ਤਾਂ ਨੀਚੇ ਡਿਸਕ੍ਰਿਪਸ਼ਨ ਵਿੱਚ ਆਪਾਂ ਇੱਕ ਲਿੰਕ ਦਿੱਤਾ ਹੋਇਆ ਵੀਡੀਓ ਦਾ ਤਾਂ ਉਸ ਤੂੰ ਜਲਦੀ ਜਾ ਕੇ ਉਸ ਨੂੰ ਦੇਖੋ ਅਤੇ ਨਾਲ ਦੇ ਟੈਲੀਗ੍ਰਾਮ ਗਰੁੱਪ ਪਰ ਜਰੂਰ ਜੁਆਇਨ ਕਰ ਲੈਣਾ ਟੈਲੀਗ੍ਰਾਮ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੁਣ ਦੱਸ ਦੇ ਤੂੰ ਰੰਬਰ ਸਮਰ ਕੈਂਪ ਕੀ ਹੈਗਾ ਤੇ ਕਿੰਨਾ ਤੁਹਾਨੂੰ ਟਾਈਮ ਦਿੱਤਾ ਜਾਊਗਾ ਸਮਰ ਕੈਂਪਾਂ ਵਿੱਚ ਠੀਕ ਹੈ ਜੀ ਤੁਹਾਨੂੰ ਦੱਸ ਦਿਆਂਗੇ ਸਮਰ ਕੈਂਪ ਵਿੱਚ ਤੁਸੀਂ ਨੇ ਬੈਗ ਲੈ ਕੇ ਜਾਣਾ ਜਾਂ ਨਹੀਂ ਲੈ ਕੇ ਜਾਣਾ ਸੋ ਅੱਧਾ ਪਹਿਲਾਂ ਦੱਸ ਦਈਏ ਕਿ ਸਮਰ ਕੈਂਪ ਵਿੱਚ ਜਿਹੜਾ ਹੈਗਾ ਇਹ ਪੰਜਾਬ ਸਰਕਾਰ ਵੱਲੋਂ ਨਵੀਂ ਇਹ ਰੂਲ ਕੋਡਿੰਗ ਚਲਾਇਆ ਗਿਆ ਹੈਗਾ ਇਹ ਪ੍ਰੀ ਪ੍ਰਾਇਮਰੀ ਸਕੂਲ ਤੋਂ ਲੈ ਕੇ 8ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਇਹ ਜਿਹੜੇ ਸਹੂਲਤ ਦਿੱਤੀ ਜਾਊਗੀ ਜਿਹੜੇ ਕਿ ਸਮਰ ਕੈਂਪ ਦੀ ਸਮਰ ਕੈਂਪ ਵਿੱਚ ਤੁਹਾਨੂੰ ਦੱਸਦੇ ਕੀ ਕੀ ਹੈਗਾ ਸਭ ਤੋਂ ਪਹਿਲਾਂ ਆਪਾਂ ਦੱਸ ਦਿਆਂ ਤੁਹਾਨੂੰ ਇਸ ਦੇ ਉਦੇਸ਼ ਵਿਦਿਆਰਥੀਆਂ ਨੂੰ ਛੁੱਟੀਆਂ ਤੋਂ ਬਾਅਦ ਸਕੂਲਾਂ ਦੇ ਮਾਹੌਲ ਵਿੱਚ ਰਚਨ ਮਿਚਨ ਦੇ ਮੌਕੇ ਦੇਣਾ ਰੋਚਮਈ ਢੰਗ ਨਾਲ ਸਿੱਖਣ ਲਈ ਤਿਆਰ ਕਰਨਾ ਖੇਡ ਖੇਡ ਵਿੱਚ ਵੱਖ-ਵੱਖ ਕੌਂਸਨ ਦਾ ਵਿਕਾਸ ਕਰਨਾ ਵਿਦਿਆਰਥੀ ਅਧਿਆਪਕ ਮਾਪੇ ਸਬੰਧੀਆਂ ਨੂੰ ਮਜ਼ਬੂਤ ਕਰਨਾ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵਧਾਉਣਾ ਵਿਦਿਆਰਥੀਆਂ ਦਾ ਸਮਾਜਿਕ ਭਾਵਨਾਤਮਕ ਸਰੀਰਕ ਅਤੇ ਸਿਰਜਣਾਤਮਕ ਵਿਕਾਸ ਕਰਨਾ ਹਾਂ ਜਿਹੜੇ ਤੁਹਾਨੂੰ ਦੱਸੇ ਹੋਏ ਨੇ ਕਿ ਪੁਆਇੰਟ ਇਸ ਤਰ੍ਹਾਂ ਜਿਹੜੇ ਸਮਰ ਕੈਂਪ ਵਿੱਚ ਤੁਹਾਨੂੰ ਸਿਖਲਾਈ ਦਿੱਤੀ ਜਾਊਗੀ ਇਹ ਜਿਹੜੇ ਸਮਰ ਕੈਂਪ ਨੇ 3/7/2023 ਤੋਂ ਲੈ ਕੇ 15/7/2023 ਤੱਕ ਚੱਲਣਗੇ ਜਮਾਤਾਂ ਪ੍ਰੀ ਪ੍ਰਾਇਮਰੀ ਤੋਂ 8ਵੀਂ ਸਮਾਂ ਹੋਊਗਾ ਜਿਹੜਾ 8 ਵਜੇ ਤੋਂ ਲੈ ਕੇ 11:30 ਵਜੇ ਤੱਕ ਦਾ ਪ੍ਰੀ ਪ੍ਰਾਇਮਰੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ 11:30 ਵਜੇ ਛੁੱਟੀ ਹੋਵੇਗੀ ਅਧਿਆਪਕ ਸਕੂਲ ਵਿੱਚ ਰੁਕ ਕੇ ਅਗਲੇ ਦਿਨ ਦੀਆਂ ਗਤੀਵਿਧੀਆਂ ਦੀ ਤਿਆਰੀ ਹਾਂਜੀ ਤੁਹਾਨੂੰ ਦੱਸ ਦਈਏ ਜਿਹੜੇ ਤੁਹਾਨੂੰ 8 ਵਜੇ ਤੋਂ ਲੈ ਕੇ 11:30 ਵਜੇ ਤੱਕ ਜਿਹੜੇ ਤੁਹਾਨੂੰ ਸਮਰ ਕੈਂਪ ਲੱਗਿਆ ਕਰੇਗਾ ਉਸ ਤੋਂ ਬਾਅਦ ਜਿਹੜੇ ਤੁਹਾਨੂੰ ਛੁੱਟੀ ਹੋ ਜਾਏਗੀ ਸਮਰ ਕੈਂਪ ਵਿੱਚ ਤੁਹਾਨੂੰ ਖੇਡਾਂ ਬਾਰੇ ਚਾਰਟ ਬਣਾਉਣ ਬਾਰੇ ਅਤੇ ਮੌਲਿਕ ਕਦਰਾਂ ਕੀਮਤਾਂ ਬਾਰੇ ਗਣਿਤ ਅਤੇ ਵਾਤਾਵਰਣ ਭਾਸ਼ਾ ਕੌਂਸ਼ਲ ਅਤੇ ਬਹੁਤੀ ਗਤੀਵਿਧੀਆਂ ਸਿਹਤ ਸੰਭਾਲ ਅਤੇ ਹੋਰ ਨਮ ਗਤੀਵਿਧੀਆਂ ਜਿਹੜੇ ਤੁਹਾਨੂੰ ਇਸ ਸਮਰ ਕੈਂਪ ਵਿੱਚ ਕਰਵਾਈਆਂ ਜਾਣਗੀਆਂ ਠੀਕ ਹੈ ਜੀ ਸਟੂਡੈਂਟਸ ਜਿਹੜਾ ਸਮਰ ਕੈਂਪ ਹੈਗਾ ਪ੍ਰੀ ਪ੍ਰਾਇਮਰੀ ਤੋਂ ਲੈ ਕੇ 8ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਵੇਰੇ 8 ਵਜੇ ਤੋਂ ਲੈ ਕੇ 11:30 ਵਜੇ ਤੱਕ ਇਹਨਾਂ ਦਾ ਸਮਾਂ ਕੈਂਪ ਦਾ ਅਤੇ ਉਸ ਤੋਂ ਬਾਅਦ ਸਮਰ ਕੈਂਪ ਖਤਮ ਹੋਣ ਤੋਂ ਬਾਅਦ ਜਿਹੜੇ ਤੁਹਾਡੇ ਪੇਪਰ ਨਗੇ ਉਹ ਲੈ ਜਾਣਗੇ 7ਵੀਂ ਤੋਂ ਲੈ ਕੇ 12ਵੀਂ ਕਲਾਸ ਦੀ ਜਿਹੜੇ ਬਾਇਓ ਮੰਥਲੀ ਐਗਜ਼ਾਮ ਜਿਹੜੇ ਕਿ ਜੁਲਾਈ ਵਿੱਚ ਹੋਣਗੇ ਠੀਕ ਹੈ ਸਟੂਡੈਂਟਸ ਅੱਜ ਦੀ ਹੀ ਅਪਡੇਟ ਸੀ ਜਿਹੜੇ ਤੁਹਾਡੇ 3 ਜੁਲਾਈ ਤੋਂ ਜਿਹੜੇ ਸਾਰੀਆਂ ਕਲਾਸਾਂ ਜਿਹੜੇ ਸਾਰੀਆਂ ਕਲਾਸਾਂ ਲੱਗਣਗੀਆਂ ਤੇ 16 ਜਿਹੜੇ 16 ਤੱਕ ਦਿਨ ਨੂੰ ਦੱਸਿਆ ਗਿਆ ਹੈਗਾ 16 ਤੋਂ ਬਾਅਦ ਜਿਹੜੇ ਤੁਹਾਡੇ ਬਾਇਓ ਮੰਥਲੀ ਐਗਜ਼ਾਮ ਹੋਣਗੇ 15 ਤਰੀਕ ਤੱਕ ਪ੍ਰੀ ਪ੍ਰਾਇਮਰੀ ਤੋਂ ਲੈ ਕੇ 8ਵੀਂ ਕਲਾਸ ਦੇ ਜਿਹੜੇ ਸਮਰ ਕੈਂਪ ਲਗਾਏ ਜਾਣਗੇ ਠੀਕ ਹੈ ਸਟੂਡੈਂਟ ਜਿਹੜੇ ਤੁਹਾਡੇ ਅੱਗੇ ਪੇਪ ਨਾਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਮੇ ਸਮੇ ਤੇ ਤੁਹਾਨੂੰ ਆਪਾਂ ਸਿਰ ਜਿਹੜੇ ਤੁਹਾਡੇ ਪੇਪਰ ਹੁੰਦੇ ਹਨ ਸੈਂਪਲ ਪੇਪਰ ਸੰਪਰ ਪੇਪਰ ਤੁਹਾਨੂੰ ਫੁੱਲ ਤਿਆਰ ਕਰਵਾ ਕੇ ਵਿਦ ਆਨਸਰ ਵੀ ਅਪਲੋਡ ਕਰਾਂਗੇ ਠੀਕ ਹੈ ਸਟੂਡੈਂਟਸ ਨਾਲ ਦੇ ਟੈਲੀਗ੍ਰਾਮ ਗਰੁੱਪ ਨੂੰ ਜਰੂਰ ਜੁਆਇਨ ਕਰ ਲੈਣਾ ਨੀਚੇ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਗਿਆ ਹੈਗਾ ਆਓ ਮਿਲਦੇ ਹਾਂ ਨੈਕਸਟ ਵੀਡੀਓ ਤਦ ਤੱਕ ਲਈ ਧੰਨਵਾਦ